چپ کر کے بیٹھے ہو آج کا دن چپ کرنے کا ہے میں بھائی کا پردہ ہے میرے کو کنٹرول نہیں پہ ہوتا میں بڑا اوکھا جپ کر کے بیٹھا رہا ہوں بھی میں بڑا کنٹرول پہ کرتا کیونکہ میں آپ رواں میں تو پڑھی نہ نہیں کون مارا گیا دسو سارے کون مارا گیا حسین مارا گیا تھوڑا مولا مارا گیا یہ ٹائم آ تھوڑا مولا مارا گیا مولا میں طاقت دے میں حسین کا قتل پڑھ لوا یہ جوان برداشت کر لوا میں آپ برداشت کر لوا حسین او غریب ہے جن زمین رکھی ہے جن کائنات رونی ہے اے دستور جو مشکل وچ چوک دی مجلس سے کم از کم تھوڑی زبان تے ہائے آنی چاہیے سال بعد آسیا محرم سال بعد ایڈی ملسی اور ان ملسی جڑا جیندہ ہو سی عشرہ محرم 2018 چکوال دا علاقہ دھرابی میں اسے پڑھتا پیا ہاں حسین دی دھی نجڑیاں پیو دے قاتل لگے منتا دیتیاں تھا بھلا ہوئے میں او منتا مومنہ نے سنائیاں منبر دی کے سنائیاں ہم بارگاہ تو باہر نکلیا تھوڑی دیر تو بعد پتہ لگا ایک مومن آ جڑا دنیا تو ٹور گیا میں آتا تیری قسمت چنگی آ تے حسین دی دھی دیاں منتا سنیاں تو برداشت نہ کیتا اللہ جانے حسین دی دھی دا کیسا مقدرہ رکھات لگے ہاتھ بندیا تے رو رو کے آ دیا نہ ماری دا چھڑا بڑا لڑے کوئی رو رو کے ماتم کر کر کے تھک گئے ہو حسین او غریب ہے جڑیا پترا دیا لاشا جا جا کے نہیں تھکیا اوئے پھر آواں دیا لاشا جا جا کے نہیں تھکیا اوئے سیندا لیو مہمانا دیا لاشا جا جا کے نہیں تھکیا آئے حسین آئے حسین اے مشکل وچ ہاتھ خون دے رشتے یاد جندے جیندے ہوونا جندے جیندے ہوونا آیو آو کے ویلے آ کر دینا امداد سارے بندے میرے پاسے لکھے آئے جیندے جیندے ہون جوان سرچا میں جیندے جیندے ہون آئیو اوکے ویلے آ کر دینا امداد پایا ہاتھا شبیر دی زلفا ویچ پایا ہاتھا جڈا شمرن نال جفا دے مظلوم پیا دن تیری جرت نہیں آج کانڈا میری دے اندھا تھا باہر
ਜੀ ਰਾਜ਼ੀ ਹੋਵੇ। ਕਿਉਂ ਗਰਾਂਗ ਖੜੋ ਰਿਹਾ ਖੇਮੇ ਨਾ ਗਿਆ ਵੀ ਰਸ਼ਬੀਰੇ ਜਿਹੜਾ ਤੀਰ ਲਗਈ ਪੇਸ਼ਾਨੀ ਵਿੱਚ ਉਹ ਰੱਤ ਸਾਫ ਕਰੇ ਮੈਂ ਨੀ ਆਦਾ ਕਿਸੇ ਦਾ ਪੱਥਰ ਦਿਲੇ ਬੰਦਾ ਥੱਕ ਪਾਉਂਦਾ ਤੁਸੀਂ ਥੱਕੇ ਬੈਠੇ ਹੋ ਮੈਂ ਕਿਆ ਕਰਾਂ ਮੇਰੇ ਦਿਨ ਬੜੀ ਔਖੀ ਜੀ ਡਿਊਟੀ ਲੱਗ ਗਈ ਹੈ 1951 ਜ਼ਖਮਾਂ ਦਾ ਜ਼ਖਮੀ ਸੈਯਦ ਅਕਬਰ ਦੀ ਜਵਾਨੀ ਕਾਸਮ ਦੀ ਯਤੀਮੀ ਅੱਬਾਸ ਦੇ ਬਾਜ਼ੂ ਅਸਕਰ ਦਾ ਤਬਸਮ ਇਹਨਾਂ ਸਾਰਿਆਂ ਚੀਜ਼ਾਂ ਦੀ ਟੇਕ ਖਿੰਨ ਕੇ ਕਰਬਲਾ ਦੀ ਗਰਮ ਜ਼ਮੀਨ ਨੂੰ ਮਾਂ ਦੀ ਨਰਮ ਝੋਲੀ ਸਮਝ ਕੇ ਚੁੱਪ ਕਰਕੇ ਲੈ ਬੈਠੇ ਗਰੀਬ ਹੁਸੈਨ ਭਲਾਵੇ ਚੁੱਪ ਕਰਕੇ ਚੁੱਪ ਕਰਕੇ ਸੌਖਾ ਨਹੀਂ ਲੱਥਾ ਹੁਸੈਨ ਸੌਖਾ ਤੇ ਨਹੀਂ ਲੱਥਾ ਮੇਰਾ ਪੜ੍ਹਨਾ ਸੌਖਾ ਹੈ ਤੁਹਾਡਾ ਸੁਣਨਾ ਸੌਖਾ ਹੈ ਹੁਸੈਨ ਦਾ ਲਾਣਾ ਬਹੁ ਔਖਾ ਹੈ ਚੁੱਪ ਕਰਕੇ ਲੈ ਬੈਠੇ ਗਰੀਬ ਹੁਸੈਨ ਇੱਕ ਰਵਾਇਤ ਪੜ੍ਹਦਾ ਮੈਂਬਰ ਦੀ ਕਸਮ ਅੱਜ ਤੱਕ ਮੈਂ ਬੜੇ ਅਸਰੇ ਪੜ੍ਹੇ ਮੈਂ ਰਵਾਇਤ ਨਹੀਂ ਪੜ੍ਹੀ ਮੈਂ ਅੱਜ ਪੜ੍ਹਦਾ ਹੁਸੈਨ ਉਹ ਗਰੀਬ ਤੁਸੀਂ ਸੁਣਿਆ ਸੀ ਜਿਹੜਾ ਜਿੱਥੇ ਲੱਥਾ ਹੈ ਉੱਥੇ ਕੁੱਠਾ ਜਿਹੜਾ ਜਿੱਥੇ ਲੱਥਾ ਹੈ ਉੱਥੇ ਕੁੱਠਾ ਨਹੀਂ ਜਿੱਥੇ ਕੁੱਠਾ ਹੈ ਉੱਥੇ ਦਫ਼ਨ ਨਹੀਂ ਕਰੋ ਸਵਾਲ ਸੈਯਦ ਦਾਦਾ ਹੁਸੈਨ ਜਿੱਥੇ ਲੱਥਾ ਹੈ ਉੱਥੇ ਕੁੱਠਾ ਕਿਉਂ ਨਹੀਂ ਮੈਂਬਰ ਦੀ ਕਸਮ ਹੈ ਹੁਸੈਨ ਤੋਂ ਜ਼ੀਨ ਛੁੱਟੀ ਹੈ ਸ਼ਿਮਰ ਹੁਸੈਨ ਤੇ ਇਵੇਂ ਆਇਆ ਜਿਵੇਂ ਚਿੱਕੀ ਜਾ ਤੇ ਪਾਣੀ ਆਉਂਦਾ ਬੇਗੈਰਤ ਨੇ ਹੁਸੈਨ ਦੀ ਜ਼ੁਲਫਾਂ 'ਚ ਹੱਥ ਪਾਇਆ ਹੁਸੈਨ ਆਪਣੀ ਮਰਜ਼ੀ ਨਾਲ ਨਹੀਂ ਸ਼ਿਮਰ ਦੀ ਮਰਜ਼ੀ ਦੇ ਨਾਲ ਉੱਥੇ ਪੁੱਤਰ ਮਰਾਈ ਬੈਠੇ ਅੱਲਾ ਨਾ ਕਰੇ ਕਜ਼ੀਆ ਹੋ ਜਾਵੇ ਘਰ ਵਿੱਚ ਇੱਕ ਲਾਸ਼ ਹੋਵੇ ਇੱਕ ਮੌਤ ਹੋਵੇ ਤੇ ਬੰਦੇ ਦੀ ਹਾਲਤ ਗੈਰ ਹੁੰਦੀ ਹੈ ਜਿੱਥੇ 71 ਮਰਾਈ ਬੈਠਾ ਹੋਵੇ ਕਿਦਾਈ ਅਕਬਰ ਦਾ ਲਾਸ਼ਾ ਕਿਦਾਈ ਅਸਕਰ ਦਾ ਕਿਦਾਈ ਅੱਬਾਸ ਦੇ ਬਾਜ਼ੂ ਕਿਦਾਈ ਕਾਸਮ ਦੇ ਟੁਕੜੇ ਤਰੇ ਜੀਆਂ ਦਾ ਤੱਸਾ ਹੁਸੈਨ ਜ਼ੀਨ ਤੇ ਆਇਆ ਬੀਬੀਆਂ ਦੀ ਆਵਾਜ਼ ਆਈ ਹੁਸੈਨ ਅਸੀਂ ਜਾਣਦੀਆਂ ਤੂੰ ਅਲੀ ਦਾ ਲਾਲ ਹੈ ਤੇਰੀ ਸੁਜਾਤ ਤੇ ਕੋਈ ਕਮੀ ਨਹੀਂ ਹੁਸੈਨ ਤੇਰੀ ਸ਼ਹਾਦਤ ਤੋਂ ਬਾਅਦ ਅਸਾਂ ਹੋ ਵਜਣਾ ਹੈ ਕੈਦ ਅਸਾਂ ਹੋ ਵਜਣਾ ਹੈ ਕੈਦ ਮੁਲਕ ਮੁਲਕ ਜਾਸਾ ਬਾਜ਼ਾਰ ਬਾਜ਼ਾਰ ਜਾਸਾ ਦਰਬਾਰ ਦਰਬਾਰ ਜਾਸਾ ਹੁਸੈਨ ਸਾਡੇ ਕਾਰਨ ਨਹੀਂ ਉਹ ਕੂਫਾ ਦੀਆਂ ਬਗੈਰ ਔਰਤਾਂ ਸੰਤਾਂ ਨੇ ਮਰੇ ਸਨ ਹੁਸੈਨ ਸਾਡੇ ਕਾਰਨ ਨਹੀਂ ਉਹਨਾਂ ਕਾਰਨ ਇੱਕ ਹਮਲਾ ਕਰਕੇ ਵਿਖਾ ਜਾਤ ਤੁਸੀਂ ਸੁਣੀ ਹੋਸੀ ਅੱਜ ਹੁਸੈਨ ਦਾ ਇੱਕ ਹਮਲਾ ਵੀ ਪੜਦਾ ਜ਼ਿੰਦਗੀ ਦਾ ਕਿਹੜਾ ਪਤਾ ਵੀ ਕਿਹੜੀ ਜਾਤ ਮੁੱਕ ਜਾਵੇ ਇੱਕ ਹਮਲਾ ਕਰਕੇ ਵਿਖਾ ਘੋੜੇ ਦੀ ਜ਼ੀਨ ਤੇ ਆਇਆ ਇਮਾਮ ਹੁਸੈਨ ਅਲੈਹ ਸਲਾਮ ਦੇ ਘੋੜੇ ਦੀਆਂ ਤਕਾਬਾ ਚੀਕੀਆਂ ਵਾਗਾ ਚੀਕੀਆਂ ਘੋੜੇ ਦੀ ਜ਼ੀਨ ਤੇ ਆਇਆ ਘੋੜੇ ਦੀ ਜ਼ੀਨ ਤੇ ਆ ਕੇ ਇਮਾਮ ਹੁਸੈਨ ਅਲੈਹ ਸਲਾਮ ਨੇ ਤਲਵਾਰ ਬੇਨਿਆਮ ਕੀਤੀ ਔਰ ਤਲਵਾਰ ਬੇਨਿਆਮ ਕਰਨ ਤੋਂ ਪਹਿਲੇ ਕਰਬਲਾ ਦੇ ਮੈਦਾਨ ਚ ਟੁੱਟਾਇਆ ਇੱਕ ਨੇਜ਼ਾ ਨੇਜ਼ਾ ਚਾ ਕੇ ਇਮਾਮ ਹੁਸੈਨ ਅਲੈਹ ਸਲਾਮ ਨੇ ਇੱਕ ਪਾਸੇ ਫੌਜੇ ਯਜ਼ੀਦ ਦੇ ਇੱਕ ਪਾਸੇ ਆਲੇ ਬੈਤ ਦੇ ਹਥਿਆਰ ਆਲੇ ਬੈਤ ਦੇ ਹਥਿਆਰ ਦਾ ਕਾਫਲਾ ਕਬੀਲਾ ਸੈਯਦ ਦੇ ਕਿਹੜਾ ਕੰਮ ਕੀਤਾ ਹੱਥ ਚੁੱਕਿਆ
ਛਿੱਕ ਕੇ ਨਾ ਕਿਬਲਾ ਜਿੱਥੇ ਹੱਥ ਮੁਕਾਇਆ ਨਾ ਉੱਥੇ ਹੀ ਨੇਜ਼ਾ ਗੜਿਆ ਇਮਾਮ ਨੂੰ ਨੇਜ਼ਾ ਗੜਿਆ ਤੇ ਹੁਣ ਕੋਈ ਹੈ ਜਿਹੜਾ ਇਸ ਹੱਥ ਨੂੰ ਅਬੂਰ ਕਰੇ ਉਹ ਹੱਥ ਨੂੰ ਅਬੂਰ ਕਰੇ ਮੈਂ ਅਲੀ ਦਾ ਲਾਲ ਹੀ ਨਹੀਂ ਭਲਾ ਹੋਏ ਇਮਾਮ ਹੁਸੈਨ ਅਲੈਹਿਸ ਸਲਾਮ ਨੇ ਹੁਣ ਤਲਵਾਰ ਬੇਨਿਆਮ ਕੀਤੀ ਹੈ ਘੋੜੇ ਦੀ ਜ਼ੀਨ ਤੇ ਆਈ ਇਮਾਮ ਹੁਸੈਨ ਨੇ ਲੜਨਾ ਸ਼ੁਰੂ ਕੀਤਾ ਕੱਸਾ ਹੁਸੈਨ ਨੇ ਭੁੱਖਾ ਹੁਸੈਨ ਨੇ ਔਰ ਘੋੜੇ ਦੀ ਵੀ ਹਾਲਤ ਹੈ ਜਾਨਵਰਾਂ ਨੂੰ ਹੈਵਾਨਾਂ ਨੂੰ ਬਿਨਾਂ ਪਾਣੀ ਨਹੀਂ ਦਿੱਤਾ ਇਮਾਮ ਹੁਸੈਨ ਨੇ ਇੱਕ ਇੱਕ ਹਮਲੇ 'ਚ ਕਈ ਕਈ ਗਰਦਨਾਂ ਉਡਾਈਆਂ ਸ਼ਾਮੀਆਂ ਨੂੰ ਸ਼ਾਮ ਯਾਦ ਆ ਗਈ ਹੈ ਕੂਫੀਆਂ ਨੂੰ ਕੂਫਾ ਯਾਦ ਆ ਗਈ ਹੈ ਅੱਲਾਹ ਕਰੇ ਹਰ ਬੰਦੇ ਦੀ ਜ਼ਬਾਨ ਤੇ ਜੁਮਲੇ ਤੇ ਜ਼ਰੂਰ ਹਾਇਆ ਆ ਜਾਵੇ ਇਸ ਤਰ੍ਹਾਂ ਲੜੇ ਨਾ ਇਮਾਮ ਹੁਸੈਨ ਜੁੜ ਜੁੜ ਕੇ ਆਉਂਦਾ ਹੀ ਇਮਾਮ ਹਮਲਾ ਕਰੇ ਤੇ ਜੁੜ ਜੁੜ ਕੇ ਆਉਂਦਾ ਥੋੜਾ ਭਜਦਾ ਅੱਧਾ ਹੀ ਤੇ ਪਿੱਛਾ ਵੇਖ ਕੇ ਆਉਂਦਾ ਹੀ ਮਾਰ ਇਹਨਾਂ ਤੇਰਾ ਗਾਜੀ ਲਾਇਆ ਇਜਾਜ਼ਤ ਮਿਲੀ ਹੈ ਘੋੜਿਆਂ ਦੀ ਦੀਦ ਪਈਏ ਹੁਸੈਨ ਦੀ ਬੀਬੀ ਆਉਂਦੀ ਹੈ ਘੋੜੇ ਰਾਹ ਛੱਡਦੇ ਗਏ ਉਮਤ ਰਾਹ ਟੱਕਦੀ ਆਈਏ ਕਈ ਘੋੜੇ ਤੇ ਸਜਿਓ ਇੱਕ ਸ਼ਾਮੀ ਨਜ਼ਰ ਆਇਆ ਹੁਸੈਨ ਦੀ ਧੀ ਨੇ ਨਿੱਕੇ ਨਿੱਕੇ ਹੱਥ ਬੱਧੇ ਬੀਬੀ ਪਹਿਲਾਂ ਵੇਲ ਕਰਕੇ ਆ ਗਈ ਏ ਜ਼ਾਲਮਾ ਕਿਦਾਂ ਹੀ ਉਜੜੀ ਦਾ ਬਾਬਾ ਡਿਠਾ ਹੋਈ ਅੱਲਾ ਜਾਣੇ ਕਿਹੜਾ ਬੰਦਾ ਏ ਜਿਹੜਾ ਹੁਸੈਨ ਦੇ ਲਾਲ ਤੇ ਹਾਏ ਨਹੀਂ ਕਰਦਾ ਇੱਕ ਦਮ ਕੇ ਵਦਾ ਕੇ ਆ ਗਿਆ ਜਲਦੀ ਦੱਸਾ ਤੇਰੇ ਬਾਬੇ ਦਾ ਨਾਂ ਕਿਆ ਏ ਬੀਬੀ ਆਦੀ ਏ ਬਿਸਮਿਲਲਾਹ ਰਹਿਮਾਨ ਰਹੀਮ ਮੈਂ ਹੁਸੈਨ ਕਦਮ ਰੱਖਿਆ
ਕਦਮ ਚ ਆਇਆ ਸ਼ੌਦਾ ਦੀਆਂ ਲਾਸ਼ਾਂ ਤੜਪੀਆਂ, ਤੀਤਰੀ ਦਾ ਕਦਮ ਚ ਆਇਆ ਫੁਰਾ ਦੀਆਂ ਮੱਛੀਆਂ ਤੜਪ ਤੜਪ ਕੇ ਬਾਹਰ ਆਈਆਂ, ਚੌਥਾ ਕਦਮ ਨਹੀਂ ਚਾਇਆ ਜੋ ਜਬਰੀਲ ਨੇ ਤਾਜ ਲਹਾ ਕੇ ਹੁਸੈਨ ਦੇ ਕਦਮਾਂ ਤੇ ਸੱਟਿਆ, ਆਦੇ ਅੱਲਾ ਦਇਆ ਦੀ ਮੇਰੀ ਜੰਨਤ ਬੈਠਾਂਦੀ ਆ, ਹੂਰਾ ਦਵਾ ਲਖਵਤ ਗਏ ਅੱਲਾ ਦਇਆ ਦੀ, ਜੋ ਲਿਖਵਾਉਣੀ ਲਿਖਵਾ ਜੋ ਲਿਖਵਾਉਣੀ ਲਿਖਵਾ, ਇੱਕ ਵਾਰ ਜੀ ਨੂੰ ਵਾਪਸ ਬੁਲਾ, ਜ਼ਖਮੀ ਬਾਈ ਵਤਾ ਕੇ ਆ ਗਏ ਹੁਣ ਵੱਲਾ ਮੈਂ ਗਰੀਬ ਸਈਆ ਦਾ ਦੇ ਵੱਲਾ, ਨਾ ਮੇਰਾ ਗਾਜ਼ੀ ਲਾਇਆ ਸਈਆ ਦਾ ਦੇ ਵੱਲਾ, ਨਾ ਮੇਰਾ ਅਕਬਰ ਲਾਇਆ ਸਈਆ ਦਾ ਦੇ ਵੱਲਾ, ਛੁੜਾਉਣਾ
حسین میں ضربہ مریندا زخم بھی ہوندا ہے خون باہر نہیں آندا حسین آدن کیا یاد کرے سے پیچھے مڑ کے پوچھا حسین آدن اما ذرا میری گردن تو آ بچا میرا قاتل ٹھگ بھی ہے Thank you.